सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। यू आर वॉचिंग NC7 न्यूज हर खबर ते नजर। ਸੜਕ ਨਿਯਮਾਂ ਦੀ ਉਲੰਘਣਾ ਕਰਨ ਤੇ ਕਈ ਵਾਰ ਸਾਨੂੰ ਟ੍ਰੈਫਿਕ ਪੁਲਿਸ ਜਾਂ ਚੈਕਿੰਗ ਪੁਲਿਸ ਰੋਕ ਲੈਂਦੀ ਹੈ। ਇਸ ਦੇ ਮੱਦੇਨਜ਼ਰ ਕਈ ਵਾਰ ਅਧਿਕਾਰੀਆਂ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ। ਤੁਸੀਂ ਅਕਸਰ ਦੇਖਿਆ ਹੀ ਹੋਵੇਗਾ ਕਿ ਚੈਕਿੰਗ ਦੌਰਾਨ ਕਈ ਪੁਲਿਸ ਵਾਲੇ ਤੁਹਾਨੂੰ ਰੋਕਣ ਲਈ ਹੱਥ ਅੱਗੇ ਕਰਦੇ ਨੇ, ਪਰੰਤੂ ਰਾਮਪੁਰ ਫੂਲ ਸ਼ਹਿਰ ਜਿਸ ਦੇ ਉਲਟ ਜੋ ਵੇਖਣ ਨੂੰ ਮਿਲਿਆ ਉਸ ਦੀਆਂ ਲਾਈਵ ਤਸਵੀਰਾਂ ਤੇ ਇੱਕ ਨਜ਼ਰ ਜ਼ਰੂਰ ਮਾਰੋ। ਇਹ ਜੀ ਸਾਡਾ ਰਾਮਪੁਰਾ ਫੂਲ ਦਾ ਪੁਲਿਸ ਪ੍ਰਸ਼ਾਸਨ ਜੋ ਕਿ ਫਾਟਕ ਬੰਦ ਹੋਣ 'ਤੇ ਖੁਦ ਰੋਂਗ ਸਾਈਡ ਲੱਗ ਜਾਂਦੇ ਨੇ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਜ਼ਿਆਦਾ ਬਰਕਰਾਰ ਰੱਖਦੇ ਹਨ ਅਤੇ ਪੁਲਿਸ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜੋ ਕਿ ਇਸ ਸਮੇਂ ਮੌਕੇ 'ਤੇ ਮੌਜੂਦ ਹਨ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਲੀ ਪੁਲਿਸ ਦੇ ਆਪਣੇ ਹੀ ਮੁਲਾਜ਼ਮ ਸ਼ਹਿਰ ਦੇ ਅੰਦਰਲੇ ਫਾਟਕਾਂ 'ਤੇ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹੋਏ ਅਕਸਰ ਲੰਘਦੇ ਵੇਖੇ ਜਾ ਸਕਦੇ ਹਨ, ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਕੀ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਰੋਕਣ ਵਾਲਾ ਕੋਈ ਨਹੀਂ? ਇਹ ਵੀਡੀਓ ਕਿਸੇ ਰਾਹਗੀਰ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸ਼ਹਿਰ 'ਚ 24 ਘੰਟੇ ਕੰਮ ਕਰਨ ਵਾਲੀ ਟ੍ਰੈਫਿਕ ਪੁਲਿਸ ਕਿੰਨੀ ਗੰਭੀਰਤਾ ਨਾਲ ਡਿਊਟੀ ਕਰਦੀ ਹੈ, ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ। ਜਦੋਂ ਇਸ ਸੰਬੰਧੀ ਟ੍ਰੈਫਿਕ ਕਰਮਚਾਰੀਆਂ ਨੂੰ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਜਵਾਬ ਦੇਣ ਦੀ ਬਜਾਏ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਨੇ। ਇਹ ਆਏ ਆ ਜੀ, ਪਹਿਲੀ ਗੱਲ ਤਾਂ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੀ ਗੱਡੀਆਂ ਦੀ ਪਾਰਕਿੰਗ ਹੈ ਇਹ ਉਹਦੇ ਵਾਸਤੇ ਜਗ੍ਹਾ ਬਣਾਉਣੀ ਚਾਹੀਦੀ ਹੈ। ਦੁਕਾਨਾਂ ਦੇ ਆ ਕੇ ਤੜਕੀ ਮੂਹਰੇ ਖੜ੍ਹ ਜਾਂਦੇ ਆ ਜੀ, ਜਾਣਾ ਹੋਰ ਪਾਸੇ ਹੁੰਦਾ, ਦੁਕਾਨਾਂ ਨੂੰ ਬਹੁਤ ਲੋਸ ਪੈਂਦਾ ਇਸ ਗੱਲ ਦਾ। ਜਿੰਨੇ ਰੇਹੜੀਆਂ ਵਾਲੇ ਆ ਚਲੋ ਉਹ ਗਰੀਬ ਬੰਦੇ ਆ, ਉਹਨਾਂ ਨੇ 2 ਰੁਪਏ ਦਾ ਰੁਜ਼ਗਾਰ, ਆਪਦੇ ਪੇਟ ਬੱਚੇ ਵੀ ਪਾਲਣੇ ਆ, ਉਹ ਇਕੱਲਾ ਉਹਨਾਂ ਦੀ ਜ਼ੋਰ ਹੈ। ਵੈਸੇ ਚਾਹੀਦਾ ਪੁਲਿਸਾਂ ਨੂੰ, ਟ੍ਰੈਫਿਕ ਵਾਲਿਆਂ ਨੂੰ ਵੀ ਚਾਹੀਦਾ ਵੀ ਜੇ ਕਾਨੂੰਨ ਵਰਤਣਾ ਸਾਰਿਆਂ ਵਾਸਤੇ ਵਰਤੋ, ਇਕੱਲਾ ਐਂ ਨਹੀਂ ਹੈ ਵੀ ਰੇਹੜੀਆਂ ਨੂੰ ਭਜਾਓ। ਆਹ ਗੱਡੀਆਂ ਦੇਖੋ ਵਿਚਾਲੇ ਖੜੀਆਂ, ਸਾਰਿਆਂ ਨੂੰ ਆਪਾਂ ਦੇਖੋ ਪਰੇਸ਼ਾਨੀ ਦਾ ਘਰ ਬਣਿਆ ਵੈ। ਟ੍ਰੈਫਿਕ ਧਿਆਰਾਂ ਦੇ ਦੇਣਾ ਅਤੇ ਇਹਦਾ ਮਾੜਾ ਜਿਹਾ ਛੇਤੀ ਹੱਲ ਕਰਨ, ਸਰਕਾਰ ਹੱਲ ਕਰੇ ਵੀ ਦੁਕਾਨਾਂ ਨੂੰ ਧੱਕਾ ਜ਼ਰੂਰ ਲੱਗਦਾ। ਯੂ ਆਰ ਵਾਚਿੰਗ NC7 ਨਿਊਜ਼ ਹਰ ਖਬਰ ਤੇ ਨਜ਼ਰ।